ਕੱਲ੍ਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬੜੀ ਧੂਮਧਾਮ ਨਾਲ ਵਿਜੇ ਦਸ਼ਮੀ ਯਾਨੀ ਕਿ ਦੁਸ਼ਹਿਰਾ ਮਨਾਇਆ ਗਿਆ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ ਸੀ, ਯਾਨੀ ਕਿ ਬੁਰਾਈ 'ਤੇ ਸੱਚਾਈ ਦੀ ਜਿੱਤ ਹੋਈ ਸੀ। ਇਸ ਮੌਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਡੇ ਮੇਲੇ ਲਗਾਏ ਗਏ ਅਤੇ ਨਾਲ ਹੀ ਰਾਵਣ ਦਹਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਹੁਸ਼ਿਆਰਪੁਰ ਪਹੁੰਚੇ, ਜਿੱਥੇ ਉਹਨਾਂ ਦਾ ਜਿਹੜਾ ਇਹ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਰਾਵਣ ਦਹਨ ਕੀਤਾ। ਇਸ ਮੌਕੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਰਾਮਲੀਲਾ ਖੇਡੀ ਗਈ ਅਤੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਝਾਕੀਆਂ ਕੱਢੀਆਂ ਗਈਆਂ। ਤੁਸੀਂ ਵੀ ਵੇਖੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿਵੇਂ ਵੱਡੇ ਮੇਲੇ ਲਗਾਏ ਗਏ ਅਤੇ ਨਾਲ ਹੀ ਦੁਸ਼ਹਿਰਾ ਮਨਾਇਆ ਗਿਆ। ਵਿਦੇਸ਼ ਵਾਸੀ ਆ ਜਿੱਥੇ ਜਿੱਥੇ ਵਸਦੇ ਉਹਨਾਂ ਨੂੰ ਦੁਸ਼ਹਿਰੇ ਦੀ ਬਹੁਤ ਬਹੁਤ ਵਧਾਈ। ਪਰ ਕਪੂਰਥਲੇ ਦਾ ਦੁਸ਼ਹਿਰਾ ਇਹ ਮਹਾਰਾਜਾ ਕਪੂਰਥਲੇ ਦੇ ਵੇਲੇ ਸਾਡੀ ਰਿਆਸਤ ਸੀ, ਕਪੂਰਥਲਾ ਰਿਆਸਤ ਨੇ ਬਹੁਤ ਧੂਮਧਾਮ ਨਾਲ ਦੁਸ਼ਹਿਰਾ ਮਨਾਇਆ। ਅੱਜ ਵੀ ਅਸੀਂ ਦੁਸ਼ਹਿਰਾ ਉਸੇ ਹਿਸਾਬ ਨਾਲ ਸਾਡੀ ਕਮੇਟੀ ਮਨਾਉਂਦੀ ਆ, ਸਭ ਨੂੰ ਮੈਂ ਵਧਾਈ।
ਅਛਾਈ ਦੀ ਜਿੱਤ ਹੋਈ ਸੀ ਤਾਂ ਉਸੇ ਤਰ੍ਹਾਂ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਜਿੰਨੀਆਂ ਵੀ ਬੁਰਾਈਆਂ ਵੈ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਆਪਾਂ ਸਭ ਨੂੰ ਆਪਸ ਦੇ ਵਿੱਚ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੈ। ਹਰ ਸਾਲ ਆਪਾਂ ਇਹਨਾਂ ਮੈਦਾਨਾਂ ਦੇ ਵਿੱਚ ਆ ਕੇ ਰਾਵਣ ਨੂੰ ਮਾਰਦੇ ਹਾਂ ਪਰ ਉਸੇ ਤਰ੍ਹਾਂ ਆਪਾਂ ਨੂੰ ਘਰਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਜਿਹੜੇ ਰਾਵਣ ਵਸੇ ਹੋਏ ਨੇ ਜੋ ਵੀ ਆਪਣੀ ਬੁਰੀ ਆਦਤ ਹੈ ਉਹਨਾਂ ਨੂੰ ਵੀ ਖਤਮ ਕਰਨਾ ਚਾਹੀਦਾ। ਦੁਸਹਿਰੇ ਦੇ ਫੈਸਟੀਵਲ ਦੇ ਮੱਦੇਨਜ਼ਰ ਅਸੀਂ ਲੋਕਾਂ ਦੀ ਏਕਤਾ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਾਂ ਕਿ ਉਹ ਫਰੀਲੀ ਵਿਦਾਊਟ ਐਨੀ ਫੀਅਰ ਉਹ ਆਪਦਾ ਫਰੀਲੀ ਮੂਵਮੈਂਟ ਕਰਨ ਸ਼ਹਿਰ ਦੇ ਵਿੱਚ ਅਤੇ ਜਿਹੜਾ ਤਿਉਹਾਰ ਆ ਉਹ ਸੈਲੀਬ੍ਰੇਟ ਕਰਨ ਸੁਰੱਖਿਆ ਦੀ ਭਾਵਨਾ ਉਹਨਾਂ 'ਚ ਪੈਦਾ ਹੋਵੇ। ਉਹਦੇ ਵਾਸਤੇ ਅਸੀਂ ਵਿਜ਼ੀਬਿਲਿਟੀ ਆਫ ਦਾ ਫੋਰਸ ਕਾਫੀ ਦਿਨਾਂ ਤੋਂ ਇਨਸ਼ੋਰ ਕਰ ਰਹੇ ਹਾਂ ਨਾਕਾਬੰਦੀਆਂ ਫਲੈਗ ਮਾਰਚਸ ਅਤੇ ਅੱਜ ਸਪੈਸੀਫਿਕਲੀ ਅਸੀਂ ਨਾਕਾਬੰਦੀਆਂ ਅਤੇ ਜਿੱਥੇ ਫੰਕਸ਼ਨ ਹੈਗਾ ਉੱਥੇ ਫੋਰਸ ਦੀ ਪ੍ਰੋਪਰ ਡਿਪਲੋਇਮੈਂਟ ਕੀਤੀ ਹੈ ਤਾਂ ਜੋ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਹੈ ਉਹਦੀ ਕੋਈ ਮੂਵਮੈਂਟ 'ਤੇ ਨਜ਼ਰ ਰੱਖੀ ਜਾਵੇ ਅਤੇ ਕਿਸੇ ਵੀ ਕ੍ਰਾਈਮ ਨੂੰ ਪ੍ਰਿਵੈਂਟ ਕੀਤਾ ਜਾਵੇ ਅਤੇ ਲੋਕ ਫਰੀਲੀ ਸੁਰੱਖਿਅਤ ਮਹਿਸੂਸ ਕਰਦੇ ਹੋਏ ਆਪਣਾ ਜਿਹੜਾ ਤਿਉਹਾਰ ਸੈਲੀਬ੍ਰੇਟ ਕਰਨ।
ਲੋਕਾਂ ਨੂੰ ਜੀ ਫਲੈਗ ਮਾਰਚ ਦਾ ਬੇਸਿਕਲੀ ਫੋਕਸ ਹੁੰਦਾ ਹੈ, ਉਹਦੇ ਦੋ ਤਿੰਨ ਡਿਊਲ ਪਰਪਜ਼ ਹੁੰਦੇ ਆ। ਪਹਿਲਾਂ ਤਾਂ ਹੁੰਦਾ ਕਿ ਜਿਹੜੇ ਵਿਜ਼ੀਬਿਲਿਟੀ ਆਫ ਫੋਰਸ, ਕਿ ਪੁਲਿਸ ਦੀ ਪ੍ਰੈਜੈਂਸ ਜਿਹੜੀ ਹੈਗੀ ਆ ਏਰੀਏ ਦੇ ਵਿੱਚ, ਉਹਦੇ ਨਾਲ ਇਨਸ਼ੋਰ ਹੋ ਜਾਂਦੀ ਹੈ, ਫੋਰਸ ਨੂੰ ਪ੍ਰੋਪਰ ਬਰੀਫਿੰਗ ਹੋ ਜਾਂਦੀ ਹੈ। ਥਰਡ, ਜਿਹੜੀ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ, ਅਤੇ ਫੋਰਥ ਜਿਹੜਾ ਹੈਗਾ ਮਾੜੇ ਅਨਸਰ ਹੈਗਾ ਉਹਨਾਂ ਨੂੰ ਵੀ ਇੱਕ ਸਟਰੋਂਗਲੀ ਜਿਹੜਾ ਮੈਸੇਜ ਜਾਂਦਾ ਹੈ ਕਿ ਜੇ ਕੋਈ ਵੀ ਕੋਈ ਮਾੜੀ ਹਰਕਤ ਦੇ ਵਿੱਚ ਇੰਡਲਜ ਹੋਏਗਾ ਤਾਂ ਉਹਦੇ ਖਿਲਾਫ ਜਿਹੜਾ ਪ੍ਰੋਐਕਟਿਵਲੀ ਪੁਲਿਸ ਐਕਸ਼ਨ ਲਏਗੀ। ਆਪਣੇ